ਵੀਰੇ ਛੱਡ ਦੇ ਗੁੱਸਾ ਹੁਣ ਮਾਫ ਕਰ ਦੇ ਬਸ ਕਰੋ ਯਾਰ ਵੀਰੇ ਮਾਫ ਕਰ ਦੇ ਬਸ ਕਰੋ ਭਾਜੀ ਯਾਰ ਬਸ ਕਰੋ ਯਾਰ ਉਹ ਬਸ ਕਰੋ ਯਾਰ ਭਾਜੀ ਬਸ ਕਰੋ ਯਾਰ ਉਹ ਬਸ ਵੀ ਕਰੋ ਯਾਰ ਮਜ਼ਾਕ ਦੀ ਗੱਲ ਰਹੀ ਇੱਕ ਪਾਸੇ ਸੱਚੀ ਕਹਾਂ ਤੁਸੀਂ ਵੀਰੇ ਨੂੰ ਦੁਕਾਨ ਤੇ ਬੁਲਾ ਲਓ ਵੀਰੇ ਹਾਂ ਸਿਮਰਨ ਕੀ ਹੋਇਆ ਤੁਸੀਂ ਇਹਨੇ ਪਰੇਸ਼ਾਨ ਕਿਉਂ ਕੁਛ ਨਹੀਂ ਵੀਰੇ ਇੱਕ ਤਾਂ ਤੁਸੀਂ ਮੈਨੂੰ ਭੈਣ ਕਹਿੰਦੇ ਹੋ ਦੂਜਾ ਤੁਸੀਂ ਮੈਨੂੰ ਗੱਲ ਵੀ ਨਹੀਂ ਦੱਸਦੇ ਇਹੋ ਜਿਹੀ ਕੋਈ ਗੱਲ ਹੀ ਹੈ ਨਹੀਂ ਸਿਮਰਨ ਵੀਰੇ ਤੁਹਾਡੀ ਪਰੇਸ਼ਾਨੀ ਦਾ ਕੋਈ ਤਾਂ ਕਾਰਨ ਹੋਊਗਾ ਤੂੰ ਆਪਣਾ ਕੰਮ ਕਰ ਲਾ ਕੋਈ ਗੱਲ ਨਹੀਂ ਹੈਗੀ ਵੀਰੇ ਦੁਕਾਨ ਤੇ ਗਾਹਕ ਵੀ ਵਧੀਆ ਆਉਂਦੇ ਆ ਤੁਸੀਂ ਦੁਕਾਨ ਹੁਣ ਵਧੀਆ ਵੀ ਬਹੁਤ ਚਲਾਉਂਦੇ ਪਏ ਹੋ ਤੁਹਾਡੀ ਪਰੇਸ਼ਾਨੀ ਦਾ ਕਾਰਨ ਇੱਕ ਹੀ ਹੋ ਸਕਦਾ ਤੇਰਾ ਕੀ ਮਤਲਬ ਕੀ ਹੈ ਕਹਿਣ ਦਾ ਤੁਸੀਂ ਸੁਰਿੰਦਰ ਵੀਰੇ ਬਾਰੇ ਸੋਚ ਰਹੇ ਸੀ ਨਾ ਵੀਰੇ ਮੈਨੂੰ ਪਤਾ ਭਰਾਵਾਂ 'ਚ ਲੜਾਈਆਂ ਹੋ ਹੀ ਜਾਂਦੀਆਂ ਨੇ ਫਿਰ ਕੀ ਹੋਇਆ ਤੁਸੀਂ ਵੀਰੇ ਨਾਲ ਗੱਲ ਕਰ ਲਓ ਮੈਨੂੰ ਪੂਰਾ ਯਕੀਨ ਆ ਵੀਰਾ ਤੁਹਾਡੇ ਨਾਲ ਗੱਲ ਕਰ ਲੂਗਾ ਅਤੇ ਵੀਰੇ ਦੁਕਾਨ 'ਤੇ ਵੀ ਆਜੂਗਾ ਤੁਸੀਂ ਇੱਕ ਵਾਰੀ ਗੱਲ ਕਰਕੇ ਤਾਂ ਦੇਖੋ ਸਿਮਰਨ ਇੱਦਾਂ ਕੁਛ ਨਹੀਂ ਹੈ ਅਤੇ ਨਾ ਵੀਰੇ ਨੇ ਆਉਣਾ ਵਾ ਮੈਨੂੰ ਪਤਾ ਵਾ ਚਾਹੇ ਗਲਤੀ ਵੀਰੇ ਦੀ ਹੈ ਚਾਹੇ ਮੇਰੀ ਆ ਵੀਰੇ ਤੁਸੀਂ ਛੋਟੇ ਹੋ ਨਾ ਤੁਸੀਂ ਵੱਡਾ ਜਿਗਰਾ ਕਰਕੇ ਵੀਰੇ ਨਾਲ ਗੱਲ ਕਰੋ ਤਾਂ ਸਹੀ ਵੀਰਾ ਆਊਗਾ ਸਿਮਰਨ ਵੀਰੇ ਵੀਰੇ ਨੇ ਅੱਜ ਤੱਕ ਤੁਹਾਡੇ ਕਦੇ ਕਿਸੇ ਗੱਲ 'ਚ ਨਾ ਭਰੀ ਆ ਹਮੇਸ਼ਾ ਹਾਮੀ ਭਰੀ ਆ ਤੁਸੀਂ ਜਿੱਦਾਂ ਕਿਹਾ ਵੀਰਾ ਉੱਦਾਂ ਚੱਲਦੇ ਸੀਗੇ ਪਰ ਮੈਂ ਹੁਣ ਕਿਸ ਮੂੰਹ ਨਾਲ ਗੱਲ ਕਰਾਂ ਮੈਨੂੰ ਸਮਝ ਨਹੀਂ ਲੱਗ ਰਹੀ ਵੀਰੇ ਹਰ ਇੱਕ ਚੀਜ਼ ਦਾ ਨਾ ਇੱਕ ਸਮਾਂ ਹੁੰਦਾ ਵਾ ਅਤੇ ਉਹ ਸਮਾਂ ਹਜੇ ਹੈਗਾ ਵਾ ਕਹਿ ਕੇ ਰਹੀ ਹੈ ਸਿਮਰਨ ਵੀਰੇ ਮੈਂ ਕੁਛ ਨਹੀਂ ਕਹਿ ਰਹੀ ਕਹਿਣ ਵਾਲੇ ਕਹਿ ਰਹੇ ਨੇ ਕੌਣ ਕਹਿ ਰਿਹਾ ਵਾ ਵੀਰੇ ਰਹਿਣ ਦਿਓ ਐਵੇਂ ਫਿਰ ਤੁਹਾਨੂੰ ਗੁੱਸਾ ਲੱਗ ਜੂਗਾ ਜੇ ਹੁਣ ਗੱਲ ਦੱਸਣ ਲੱਗੀ ਹਾਂ ਤਾਂ ਪੂਰੀ ਤਰ੍ਹਾਂ ਦੱਸ ਤਾਂ ਸਹੀ ਵੀਰੇ ਮੈਂ ਸੁਣਿਆ ਕਿ ਮਾਰਕੀਟ 'ਚ ਤੁਹਾਡੀਆਂ ਗੱਲਾਂ ਹੋ ਰਹੀਆਂ ਨੇ ਗੱਲਾਂ ਹੋ ਰਹੀਆਂ ਨੇ ਕੀ ਗੱਲਾਂ ਹੋ ਰਹੀਆਂ ਕਿ ਛੋਟੇ ਭਰਾ ਨੇ ਦੁਕਾਨ ਸਾਂਭਲੀ ਅਤੇ ਵੱਡੇ ਭਰਾ ਨੂੰ ਦੁਕਾਨ ਤੋਂ ਕੱਢਤਾ ਵੀਰੇ ਲੋਕਾਂ ਦੇ ਆਪਾਂ ਮੂੰਹ ਨਹੀਂ ਫੜ ਲੈਣੇ ਸਿਮਰਨ ਬੋਲੀ ਕੀ ਜਾਂਦੀ ਹੈ ਤੂੰ ਵੀਰੇ ਮੈਂ ਇਹ ਕਹਿ ਰਹੀ ਹਾਂ ਕਿ ਹਜੇ ਸਮਾਂ ਹੈਗਾ ਨਹੀਂ ਤਾਂ ਬਾਅਦ 'ਚੋਂ ਪਛਤਾਵਾ ਹੀ ਰਹਿ ਜਾਂਦਾ ਕਈ ਵਾਰ ਤਾਂ ਸੋਚਦੇ ਸੋਚਦੇ ਸਾਰੀ ਉਮਰ ਬੀਤ ਜਾਂਦੀ ਆ ਕਿ ਹੁਣ ਗੱਲ ਕਰਾਂਗੇ ਹੁਣ ਗੱਲ ਕਰਾਂਗੇ ਅਤੇ ਗੱਲ ਹੁੰਦੀ ਨਹੀਂ ਹੈਗੀ ਹਜੇ ਤਾਂ ਤੁਸੀਂ ਭਰਾ ਹੋ ਇਕੱਠੇ ਰਹਿ ਰਹੇ ਹੋ ਕੱਲ੍ਹ ਤੁਹਾਡਾ ਵਿਆਹ ਹੋਣਾ ਫਿਰ ਤੁਹਾਡੀ ਫੈਮਿਲੀ ਵੀ ਅਲੱਗ ਹੋ ਜਾਣੀ ਆ ਵੀਰੇ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਆਪਣੇ ਤੋਂ ਸੁਣੀਆਂ ਨਹੀਂ ਜਾਣੀਆਂ ਅਤੇ ਵੀਰੇ ਆਰੀ ਦੇ ਨਾ ਇੱਕ ਪਾਸੇ ਦੰਦੇ ਹੁੰਦੇ ਆ ਅਤੇ ਸਮਾਜ ਦੇ ਦੋਹੋਂ ਪਾਸੇ ਨੇ ਮੇਰੀ ਗੱਲ ਯਾਦ ਰੱਖਿਓ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਅੱਡੀ ਹੋਰ ਠੀਕ ਹੋ ਠੀਕ ਆ ਤੂੰ ਸੁਣਾ ਵਧੀਆ ਵੀਰੇ ਮੈਂ ਤਾਂ ਹੋਰ ਵਧੀਆ ਵਧੀਆ ਕਰ ਲਾ ਕੰਮ ਹਾਂਜੀ ਕਿੱਦਾਂ ਸਿਮਰਨ ਵਧੀਆ ਵਧੀਆ ਮੂੰਹ ਕਿਉਂ ਬਣੇ ਹੋਏ ਅੱਜ ਤੁਹਾਡੇ ਸਾਰਿਆਂ ਦੇ ਵੀਰੇ ਤੁਹਾਨੂੰ ਪਤਾ ਤਾਂ ਹੈਗਾ ਕੀ ਹੋ ਗਿਆ ਵੀਰੇ ਮੈਨੂੰ ਲੱਗਦਾ ਨਾ ਕਿ ਸੁੰਦਰ ਵੀਰੇ ਨੂੰ ਇੱਥੇ ਹੋਣਾ ਚਾਹੀਦਾ ਦੇਖ ਸਿਮਰਨ ਲੱਗ ਤਾਂ ਹੁਣ ਸਾਰਿਆਂ ਨੂੰ ਰਿਹਾ ਆ ਕਿ ਸੁਰਿੰਦਰ ਵੀਰੇ ਨੂੰ ਇੱਥੇ ਹੋਣਾ ਚਾਹੀਦਾ ਪਰ ਬਾਵੇ ਵੀਰੇ ਨੂੰ ਕੌਣ ਸਮਝਾਵੇ ਉਹ ਤਾਂ ਇੰਨੀ ਅੜੀ ਕਰੀ ਬੈਠਾ ਕਿਸੇ ਦੀ ਗੱਲ ਹੀ ਨਹੀਂ ਮੰਨਦਾ ਤੂੰ ਬਾਵੇ ਵੀਰੇ ਨਾਲ ਗੱਲ ਕਰਕੇ ਤਾਂ ਦੇਖ ਵੀਰੇ ਤੁਹਾਡੇ ਆਉਣ ਤੋਂ ਪਹਿਲਾਂ ਨਾ ਮੈਂ ਵੀਰੇ ਨਾਲ ਗੱਲ ਕਰ ਲਈ ਆ ਅੱਛਾ ਕੀ ਕਹਿੰਦਾ ਮੈਂ ਤਾਂ ਸਮਝਾ ਕੇ ਦੇਖ ਲਿਆ ਵੀਰੇ ਨੇ ਤਾਂ ਇਹੀ ਕਿਹਾ ਕਿ ਸੋਚਦਾ 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 ਤੁਸੀਂ ਗੱਲ ਕਰਕੇ ਦੇਖ ਲਓ ਇੱਕ ਵਾਰੀ ਚੱਲ ਮੈਂ ਗੱਲ ਕਰ ਲਵਾਂ
ਵੀਰੇ ਆਲਰੇਡੀ ਸੁਰਿੰਦਰ ਵੀਰੇ ਨਾਲ ਗੱਲ ਹੋਈ ਤੁਹਾਡੀ ਨਹੀਂ ਮੇਰੀ ਹੋਈ ਨਹੀਂ ਗੱਲ ਵੀਰੇ ਕਾਲ ਕਰਕੇ ਤਾਂ ਦੇਖੋ ਵੀਰੇ ਨੂੰ ਯਾਰ ਕਮਾਲ ਕਰਦੇ ਹੋ ਸੌਖਾ ਪਿਆ ਵਾ ਕਾਲ ਕਰਨੀ ਵੀਰੇ ਹੁਣ ਸਾਰਿਆਂ ਨੂੰ ਨਾ ਇਹੀ ਲੱਗ ਰਿਹਾ ਕਿ ਸੁਰਿੰਦਰ ਵੀਰੇ ਨੂੰ ਦੁਕਾਨ 'ਤੇ ਹੋਣਾ ਚਾਹੀਦਾ ਮੈਨੂੰ ਪਰਸਨਲੀ ਬਹੁਤ ਜ਼ਿਆਦਾ ਫੀਲ ਹੋ ਰਿਹਾ ਹੁਣ ਕਿ ਮੈਂ ਤੁਹਾਡੇ ਕੰਨ ਭਰੇ ਜੇ ਉਸ ਦਿਨ ਵੀਰੇ ਮੈਂ ਤੁਹਾਡੇ ਕੰਨ ਨਾ ਭਰਦਾ ਨਾ ਅਤੇ ਆਹ ਗੱਲ ਹੋਣੀ ਹੋਣੀ ਸੀ ਨਾ ਤੁਹਾਡੀ ਵੀਰੇ ਨਾਲ ਬਹਿਸ ਹੋਣੀ ਸੀ ਅਤੇ ਨਾ ਵੀਰੇ ਨੇ ਲੜਾਈ ਕਰਕੇ ਇੱਥੋਂ ਜਾਣਾ ਸੀਗਾ ਮੈਨੂੰ ਸੱਚੀ ਬਹੁਤ ਬੁਰਾ ਲੱਗ ਰਿਹਾ ਕਿ ਇਹ ਸਾਰਾ ਕੁਛ ਮੇਰੇ ਕਰਕੇ ਹੋਇਆ ਵੀਰੇ ਜੇ ਤੁਸੀਂ ਕਹਿੰਦੇ ਹੋ ਇੱਕ ਵਾਰੀ ਵੀਰੇ ਨੂੰ ਮੈਂ ਕਾਲ ਕਰ ਲੈਣਾ ਤੁਸੀਂ ਰਹਿਣ ਤੋਂ ਯਾਰ ਲਾਡੀ ਕਿਉਂ ਨਹੀਂ ਗੱਲ ਸਮਝਦੇ ਸਿਮਰਨ ਨੂੰ ਵੀ ਇਹੀ ਕਿਹਾ ਵਾ ਜੇ ਫੋਨ 'ਤੇ ਹੱਲ ਹੋਣੇ ਹੁੰਦੇ ਕਦੇ ਹੋ ਜਾਣੇ ਸੀ ਸੌਖਾ ਨਹੀਂ ਪਿਆ ਇਹ ਵੀਰੇ ਜ਼ਿੰਦਗੀ 'ਚ ਸੌਖਾ ਤਾਂ ਕੁਛ ਵੀ ਨਹੀਂ ਹੈਗਾ ਇੱਕ ਵਾਰ ਤੁਹਾਡੇ ਵੰਡੇ ਮੈਂ ਮਾਫ਼ੀ ਮੰਗ ਲੈਂਦਾ ਮੈਂ ਵੀਰੇ ਨਾਲ ਗੱਲ ਕਰਦਾ ਮੈਂ ਮਾਫ਼ੀ ਮੰਗੂੰਗਾ ਲਾਡੀ ਸਾਰਾ ਕੁਛ ਮੇਰੇ ਕਰਕੇ ਹੋਇਆ ਵੀਰੇ ਮੰਨੋ ਮੇਰੀ ਗੱਲ ਮੈਂ ਵੀਰੇ ਨਾਲ ਹੁਣੀ ਗੱਲ ਕਰਦਾ ਅਤੇ ਮੈਂ ਮਾਫ਼ੀ ਮੰਗੂੰਗਾ ਮੈਂ ਸਨੀ ਨੂੰ ਪੁੱਛ ਲੈਂਦਾ ਕਿੱਥੇ ਆ ਵੀਰਾ ਮੈਂ ਜਾ ਕੇ ਵੀਰੇ ਨੂੰ ਲਿਆਉਣਾ ਪਲੀਜ਼ ਵੀਰੇ ਮਨਾ ਨਾ ਕਰੋ ਯਾਰ ਲਾਡੀ ਟਾਈਮ ਦੇ ਹਿਸਾਬ ਨਾਲ ਹੌਲੀ ਹੌਲੀ ਸਭ ਕੁਝ ਠੀਕ ਹੋ ਜਾਊਗਾ ਇੱਕਦਮ ਨਹੀਂ ਹੋਣਾ ਕੁਛ ਵੀਰੇ ਜੇ ਰਿਸ਼ਤਿਆਂ ਵਿੱਚ ਇੱਦਾਂ ਹੀ ਟਾਈਮ ਪੈਂਦਾ ਰਿਹਾ ਨਾ ਤਾਂ ਗੱਲ ਬਹੁਤ ਵੱਧ ਜਾਣੀ ਆ ਲਾਡੀ ਟਾਈਮ ਦੇ ਹਿਸਾਬ ਨਾਲ ਸਭ ਕੁਝ ਬਦਲ ਜਾਊਗਾ ਇੱਕਦਮ ਨਹੀਂ ਕੁਛ ਹੋਣਾ ਵੀਰੇ ਜੋ ਵੀ ਕਰਨਾ ਨਾ ਜਲਦੀ ਤੋਂ ਜਲਦੀ ਕਰੋ ਕਿਉਂਕਿ ਹੁਣ ਬਾਹਰ ਗੱਲਾਂ ਬਣਦੀਆਂ ਪਈਆਂ ਨੇ ਮੈਂ ਸਿਮਰਨ ਮੂਹਰੇ ਜਾਣ ਕੇ ਗੱਲ ਨਹੀਂ ਕਰਦਾ ਪਿਆ ਤੁਹਾਨੂੰ ਮੈਂ ਤਾਂ ਹੀ ਦੱਸ ਰਿਹਾ ਬਾਹਰ ਲੋਕ ਮਾਰਕੀਟ 'ਚ ਗੱਲਾਂ ਕਰਦੇ ਪਏ ਨੇ ਹੁਣ ਤੈਨੂੰ ਕਹਿੰਦੇ ਕੀ ਕਹਿਤਾ ਨਾਲੇ ਵੀਰੇ ਲੋਕ ਨਾ ਮਿਸਾਲ ਦਿੰਦੇ ਹੁੰਦੇ ਸੀ ਦੋਨੋਂ ਭਰਾਵਾਂ 'ਚ ਪਿਆਰ ਕਿੰਨਾ ਅੱਜ ਉਹੀ ਲੋਕ ਗੱਲਾਂ ਕਰਦੇ ਪਏ ਨੇ ਕਿ ਦੋਨੋਂ ਭਰਾਵਾਂ ਦੀ ਬਣਦੀ ਨਹੀਂ ਆ ਅੱਡ ਹੋ ਗਿਆ ਵੱਡਾ ਭਰਾ ਵੀਰੇ ਲੋਕਾਂ ਦੇ ਮੂੰਹ ਨਹੀਂ ਫੜੇ ਜਾ ਸਕਦੇ ਆਪਾਂ ਸਮਾਜ ਵਿੱਚ ਹੀ ਰਹਿਣਾ ਆ ਸਮਾਜ ਵਿੱਚ ਰਹਿਣ ਲਈ ਆਪਾਂ ਨੂੰ ਇਕੱਠੇ ਹੋਣਾ ਪੈਣਾ ਤੇ ਹੋ ਜੂਗਾ ਯਾਰ ਮੈਂ ਤੈਨੂੰ ਕਹਿ ਰਿਹਾ ਨਾ ਸੌਖਾ ਨਹੀਂ ਆ ਲਾਡੀ ਮੈਨੂੰ ਸੋਚਣ ਦੇ ਕਰਦਾ ਮੈਂ ਹੱਲ ਕੋਈ ਨਾ ਕੋਈ ਜਲਦੀ ਵੀਰੇ ਹੱਲ ਤਾਂ ਹੁਣ ਕਰਨਾ ਹੀ ਪੈਣਾ ਆ ਇਹਦੇ ਬਿਨਾਂ ਸਰਨਾ ਵੀ ਨਹੀਂ ਆਪਣਾ ਕੀ ਕਿਹਾ ਵੀਰੇ ਨੇ ਸਿਮਰਨ ਮੈਂ ਤਾਂ ਗੱਲ ਕਰ ਲਈ ਆ ਬਾਵੇ ਵੀਰੇ ਨਾਲ ਹੁਣ ਦੇਖੋ ਅੱਗੇ ਕੀ ਬਣਦਾ ਵੀਰੇ ਤੁਹਾਨੂੰ ਲੱਗਦਾ ਕਿ ਵੀਰਾ ਗੱਲ ਕਰੂਗਾ ਦੇਖ ਸਿਮਰਨ ਬਾਵਾ ਵੀਰੇ ਨਾ ਡਰਦਾ ਪਿਆ ਵੀਰੇ ਨਾਲ ਗੱਲ ਕਰਨ ਤੋਂ ਗੱਲ ਕੁਛ ਵੀ ਨਹੀਂ ਹੈਗੀ ਸੁਰਿੰਦਰ ਵੀਰੇ ਨੇ ਬਾਵੇ ਵੀਰੇ ਨੂੰ ਕੁਛ ਨਹੀਂ ਕਹਿਣਾ ਬਸ ਸਮਝਾਉਣਾ ਪਤਾ ਨਹੀਂ ਕਿਉਂ ਡਰੀ ਜਾਂਦਾ ਬਾਵਾ ਵੀਰਾ ਵੀਰੇ ਮੈਂ ਵੀ ਵੀਰੇ ਨੂੰ ਇਹੀ ਗੱਲ ਕਹੀ ਆ ਕਿ ਵੀਰੇ ਨੇ ਕੁਛ ਨਹੀਂ ਕਹਿਣਾ ਹੈਗਾ ਤੁਸੀਂ ਇੱਕ ਵਾਰੀ ਕੋਲ ਤਾਂ ਕਰੋ ਉਹੀ ਤਾਂ ਹੈ ਸਿਮਰਨ ਬਾਵੇ ਵੀਰੇ ਨੂੰ ਮੈਂ ਵੀ ਸਮਝਾ ਕੇ ਥੱਕ ਗਿਆ ਕਹਿੰਦਾ ਸਮੇਂ ਦੇ ਨਾਲ ਠੀਕ ਹੋ ਜੂਗਾ ਸਭ ਵੀਰੇ ਤੁਹਾਨੂੰ ਇੱਕ ਗੱਲ ਦੱਸਾਂ ਮਾਰਕੀਟ 'ਚ ਨਾ ਗੱਲਾਂ ਹੋਣ ਲੱਗ ਗਈਆਂ ਕਿ ਇੱਕ ਛੋਟੇ ਭਰਾ ਨੇ ਵੱਡੇ ਭਰਾ ਨੂੰ ਦੁਕਾਨ ਤੋਂ ਕੱਢਤਾ ਸੁਣਿਆ ਤਾਂ ਮੈਂ ਵੀ ਆ ਸਿਮਰਨ ਬਾਹਰੋਂ ਬਾਹਰ ਬਹੁਤ ਬਦਨਾਮੀ ਹੋ ਰਹੀ ਆ ਆਪਣੀ ਦੁਕਾਨ ਦੀ ਲੋਕ ਮਿਸਾਲਾਂ ਦਿੰਦੇ ਹੁੰਦੇ ਸੀਗੇ ਦੋਨੋਂ ਭਰਾਵਾਂ ਦੀਆਂ ਅੱਜ ਬਦਨਾਮੀ ਕਰਦੇ ਪਏ ਨੇ ਮੈਨੂੰ ਬਾਵੇ ਵੀਰੇ 'ਤੇ ਸ਼ੱਕ ਆ ਕਿ ਬਾਵੇ ਵੀਰੇ ਨੇ ਕਾਲ ਕਰਨੀ ਹੈ ਕਿ ਨਹੀਂ ਆਪਾਂ ਨੂੰ ਕੋਈ ਹੱਲ ਕਰਨਾ ਪੈਣਾ ਵੀਰੇ ਐਂ ਕਰਦੇ ਹਾਂ ਹੁਣ ਆਪਾਂ ਹੀ ਕੁਛ ਕਰਦੇ ਹਾਂ ਚੱਲ ਸਿਮਰਨ ਫਿਰ ਸੁਰਿੰਦਰ ਵੀਰੇ ਨੂੰ ਤੂੰ ਕਾਲ ਕਰ ਤੂੰ ਗੱਲ ਕਰ ਅੱਜ ਵੀਰੇ ਨਾਲ ਠੀਕ ਆ ਹੈਲੋ ਹਾਂ ਸਿਮਰਨ ਹੈਲੋ ਹੈਲੋ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਹੋ ਵੀਰੇ ਮੈਂ ਵਧੀਆ ਸਿਮਰਨ ਤੂੰ ਦੱਸ ਮੈਂ ਵੀ ਵਧੀਆ ਘਰੇ ਠੀਕ ਹੈ ਸਭ ਹਾਂਜੀ ਵੀਰੇ ਸਭ ਵਧੀਆ ਚਲੋ ਵਧੀਆ ਚਾਹੀਦਾ ਕਿਵੇਂ ਯਾਦ ਕੀਤਾ ਫਿਰ ਅੱਜ ਵੀਰੇ ਤੁਹਾਡੀ ਯਾਦ ਆ ਰਹੀ ਸੀ ਓਹੋ ਯਾਦ ਤਾਂ ਮੈਨੂੰ ਵੀ ਬਹੁਤ ਆਉਂਦੀ ਤੁਹਾਡੀ ਜੇ ਤੁਹਾਨੂੰ ਸਾਡੀ ਯਾਦ ਆਉਂਦੀ ਸੀ ਫਿਰ ਤੁਸੀਂ ਸਾਨੂੰ ਮਿਲਣ ਤਾਂ ਆਉਂਦੇ ਨਹੀਂ ਲੈ ਦੱਸ ਮੈਂ ਕਿਹੜਾ ਕੈਨੇਡਾ ਚਲਾ ਗਿਆ ਮੈਂ ਹੁਣੇ ਆ ਜਾਂਦਾ ਵੀਰੇ ਹੁਣੇ ਆ ਜਾਓ ਚੱਲ ਚੱਲ ਦੱਸ ਕੰਮ ਕੀ ਆ ਵੀਰੇ ਮੈਂ ਨਾ ਤੁਹਾਨੂੰ ਇੱਕ ਗੱਲ ਕਰਨੀ ਸੀ ਹਾਂ ਹਾਂ ਹੁਣ ਫਿਰ ਕੋਈ ਨਵਾਂ ਪੰਗਾ ਪਾ ਲਿਆ ਨਹੀਂ ਵੀਰੇ ਪੰਗਾ ਨਹੀਂ ਪਾਇਆ ਹੁਣ ਤਾਂ ਪੰਗਾ ਸੋਲਵ ਕਰਨਾ ਹੈ ਮੈਂ ਸਮਝਿਆ ਨਹੀਂ ਕੀ ਕਹਿ ਰਹੀ ਹੈ ਮੈਂ ਨਾ ਤੁਹਾਨੂੰ ਮਿਲਣਾ ਵਾ ਉਹ ਅੱਛਾ ਫਿਰ ਸੁੱਕੀ ਸਾਂਦੀ ਮਿਲਦੇ ਹਾਂ ਪਰ ਇਹਦਾ ਮਤਲਬ ਇਹ ਥੋੜ੍ਹੀ ਤੂੰ ਕਹਿੰਦੀ ਗੱਲ ਵੀ ਕਰਨੀ ਆ ਮਿਲਣਾ ਵੀ ਆ ਕਹਿ ਕੀ ਰਹੀ ਹਾਂ ਵੀਰੇ ਮੈਂ ਸੱਚੀ ਤੁਹਾਨੂੰ ਮਿਲਣਾ ਵਾ ਕੋਈ ਨਾ ਮਿਲ ਲਾਂਗੇ ਕੋਈ ਗੱਲ ਨਹੀਂ ਥੋੜ੍ਹੇ ਦਿਨਾਂ ਤੱਕ ਮਿਲਦੇ ਹਾਂ ਵੀਰੇ ਥੋੜ੍ਹੇ ਦਿਨਾਂ ਤੱਕ ਨਹੀਂ ਮੈਂ ਅੱਜ ਜਾਂ ਕੱਲ੍ਹ ਤੁਹਾਨੂੰ ਮਿਲਣਾ ਵਾ ਇਹੋ ਜਿਹਾ ਕੀ ਹੋ ਗਿਆ ਹੁਣ ਵੀਰੇ ਮੈਂ ਤੁਹਾਨੂੰ ਕਿਹਾ ਨਾ ਕਿ ਮੈਂ ਮਿਲਣਾ ਵਾ ਮੇਰੀ ਗੱਲ ਕਰ
ਕੋਈ ਨਾ ਮਿਲ ਲੈਣੇ ਆ ਕੋਈ ਗੱਲ ਵੀਰੇ ਆ ਲਾਡੀ ਵੀਰੇ ਨਾਲ ਗੱਲ ਕਰਿਓ ਲਾਡੀ ਨਾਲ ਹਾਂਜੀ ਗੱਲ ਸੁਣ ਕੀ ਹੋਇਆ ਹੈਲੋ ਹਾਂ ਲਾਡੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਠੀਕ ਹੋ ਤੁਸੀਂ ਮੈਂ ਠੀਕ ਹਾਂ ਤੂੰ ਦੱਸ ਵਧੀਆ ਵੀਰੇ ਵੀਰੇ ਮੈਂ ਗੱਲ ਕਰਨੀ ਸੀਗੀ ਯਾਰ ਗੱਲ ਤੁਸੀਂ ਕੋਈ ਕਰਦੇ ਨਹੀਂ ਗੇ ਫੋਨ ਲਾ ਲਿਆ ਵੀਰੇ ਸੋਰੀ ਕਾਹਦੀ ਸੋਰੀ ਵੀਰੇ ਤੁਹਾਨੂੰ ਵੀ ਪਤਾ ਹੈ ਮੈਂ ਕਿਉਂ ਕਹਿ ਰਿਹਾ ਜੋ ਕੁਛ ਵੀ ਹੋਇਆ ਮੇਰੇ ਕਰਕੇ ਹੀ ਹੋਇਆ ਹੈ ਉਹ ਚੱਲ ਛੱਡ ਜਿਹੜਾ ਕੁਛ ਹੋਣਾ ਸੀ ਹੋ ਗਿਆ ਹੁਣ ਦੱਸੋ ਹੋਇਆ ਕੀ ਹੈ ਦੋਨੇ ਘਬਰਾਏ ਹੋਏ ਹੋ ਮਿਲਣਾ ਬਸ ਤੁਹਾਨੂੰ ਅਸੀਂ ਕਹਿ ਤਾਂ ਦਿੱਤਾ ਮਿਲਦੇ ਹਾਂ ਵੀਰੇ ਫਿਰ ਦੱਸੋ ਨਾ ਕਿੱਥੇ ਆਈਏ ਅਸੀਂ ਜਾਂ ਤੁਸੀਂ ਪਲੀਜ਼ ਆ ਜਾਓ ਤੇ ਯਾਰ ਇੰਨੀ ਕਿਹੜੀ ਕਾਲੀ ਆ ਮਿਲ ਲਾਂਗੇ ਕੋਈ ਨਹੀਂ ਥੋੜ੍ਹੇ ਦਿਨਾਂ ਤੱਕ ਵੀਰੇ ਨਹੀਂ ਥੋੜ੍ਹੇ ਦਿਨਾਂ ਤੱਕ ਨਹੀਂ ਅੱਜ ਹੈਲੋ ਹਾਂ ਕੀ ਹੋਇਆ ਵੀਰੇ ਤੁਹਾਨੂੰ ਸੌਂ ਆ ਮੇਰੀ ਇੱਕ ਤਾਂ ਤੁਸੀਂ ਮੈਨੂੰ ਭੈਣ ਕਹਿੰਦੇ ਹੋ ਦੂਜਾ ਤੁਸੀਂ ਭੈਣ ਨੂੰ ਮਿਲਣ ਵੀ ਨਹੀਂ ਆਉਂਦੇ ਓਹੋ ਯਾਰ ਸੌਂ ਵਾਲੀ ਕਿਹੜੀ ਗੱਲ ਹੈ ਮੈਨੂੰ ਨਹੀਂ ਪਤਾ ਤੁਸੀਂ ਅੱਜ ਜਾਂ ਕੱਲ੍ਹ ਮੈਨੂੰ ਮਿਲਣ ਆਓ ਜਿਵੇਂ ਮਰਜ਼ੀ ਚੱਲ ਕੋਈ ਨਾ ਮੈਂ ਤੁਹਾਨੂੰ ਦੱਸਦਾ ਫੋਨ ਕਰਕੇ ਠੀਕ ਹੈ ਠੀਕ ਹੈ ਜਲਦੀ ਮਿਲਦੇ ਹਾਂ ਠੀਕ ਹੈ ਜੇ ਕੋਈ ਹੋਰ ਪ੍ਰੋਬਲਮ ਹੈ ਤਾਂ ਮੈਨੂੰ ਦੱਸ ਦੇ ਨਹੀਂ ਵੀਰੇ ਚੱਲ ਠੀਕ ਹੈ ਜਲਦੀ ਮਿਲਦੇ ਹਾਂ ਠੀਕ ਹੈ ਓਕੇ ਇੱਕ ਕੁੜੀ ਵੀ ਨਾ ਸਨੀ ਦਾ ਫੋਨ ਹਾਂ ਸਨੀ ਹਾਂ ਮੈਂ ਘਰ ਹੀ ਆ ਜਾ ਹਾਂ ਹਾਂ ਅੱਜ ਮੈਂ ਘਰ ਹੀ ਹਾਂ ਆ ਜਾ ਮੈਂ ਉੱਤੇ ਰੂਮ 'ਚ ਹੀ ਓਕੇ ਓਕੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਸਨੀ ਕਿੱਦਾਂ ਮੈਂ ਠੀਕ ਹਾਂ ਤੁਸੀਂ ਦੱਸੋ ਘਰੇ ਹੋ ਅੱਜ ਗਏ ਨਹੀਂ ਯਾਰ ਮੈਂ ਸਵੇਰੇ ਤਿਆਰ ਹੋਇਆ ਮੈਨੂੰ ਲੱਗਿਆ ਕਿ ਨਾ ਤਬੀਅਤ ਜੀ ਠੀਕ ਨਹੀਂ ਹੈਗੀ ਅੱਛਾ ਫਿਰ ਮੈਂ ਅੱਜ ਘਰੇ ਹੀ ਹਾਂ ਮੇਰਾ ਤਾਂ ਮੋਬਾਈਲ 'ਤੇ ਕੰਮ ਹੋਈ ਜਾਂਦਾ ਨਾਲੇ ਥੋੜ੍ਹੀ ਜਿਹੀ ਗੁਰਬਾਣੀ ਸੁਣਦਾ ਪਿਆ ਸੀਗਾ ਮਨ ਜਿਹਾ ਸ਼ਾਂਤ ਰਹਿੰਦਾ ਨਹੀਂ ਵਧੀਆ ਮੈਂ ਵੀ ਹੁਣ ਮਾਰਕੀਟ ਗਿਆ ਹੋਇਆ ਸੀਗਾ ਅਤੇ ਮੈਨੂੰ ਯਾਦ ਆਈ ਤੁਹਾਡੀ ਮੈਂ ਕਿਹਾ ਚਲੋ ਮਿਲਦਾ ਜਾਵਾਂ ਸਹੀ ਆ ਕੁਦਰਤੀ ਮੈਂ ਘਰੇ ਹੀ ਸੀਗਾ ਤਾਂ ਮੈਂ ਤੈਨੂੰ ਕਿਹਾ ਚੱਲ ਆ ਜਾ ਹੋਰ ਦੱਸ ਕਿਵੇਂ ਚੱਲਦਾ ਦੁਕਾਨ 'ਤੇ ਦੁਕਾਨ 'ਤੇ ਤਾਂ ਵਧੀਆ ਚੱਲੀ ਜਾਂਦਾ ਭਾਅ ਜੀ ਨਾਲੇ ਤੁਹਾਨੂੰ ਪਤਾ ਕੱਲ੍ਹ ਕੀ ਹੋਇਆ ਕੀ ਹੋਇਆ ਭਾਅ ਜੀ ਕੱਲ੍ਹ ਨਾ ਦਰਅਸਲ ਬਾਵੇ ਭਾਈ ਦੀ ਨਾ ਅੱਖ ਲੱਗ ਗਈ ਉੱਥੇ ਬੈਠੇ ਬੈਠੇ ਕੁਰਸੀ 'ਤੇ ਅੱਛਾ ਅਤੇ ਉਹਨਾਂ ਨੂੰ ਹੋਰ ਕੋਈ ਸੁਪਨਾ ਆਇਆ ਹੋਣਾ ਵਾ ਹਾਂ ਬਸ ਕਰੋ ਯਾਰ ਉਹ ਬਸ ਕਰੋ ਯਾਰ ਭਾਅ ਜੀ ਉਹ ਬਸ ਵੀ ਕਰੋ ਯਾਰ ਹੋ ਜਾਂਦਾ ਕਦੇ ਕਦੇ ਫਿਰ ਤਾਂ ਬਹੁਤ ਹੱਸੇ ਹੋਣੇ ਸਾਰੇ ਸਹੀ ਗੱਲ ਆ ਸਿਮਰਨ ਅਤੇ ਲਾਡੀ ਬਹੁਤ ਹੱਸ ਰਹੇ ਸੀਗੇ ਮੈਂ ਬਾਅਦ 'ਚ ਪਹੁੰਚਿਆ ਮੈਨੂੰ ਦੱਸਿਆ ਉਹਨਾਂ ਨੇ ਅੱਛਾ ਚੱਲ ਕੋਈ ਨਾ ਪਰ ਵੀਰੇ ਮੈਨੂੰ ਲੱਗਦਾ ਨਾ ਹੁਣ ਉਹ ਅੰਦਰੋਂ ਫੀਲ ਕਰਨ ਲੱਗ ਗਏ ਨੇ ਉਹ ਚੀਜ਼ ਨੂੰ ਦੇਖ ਯਾਰ ਹੈ ਤਾਂ ਪਰਿਵਾਰ ਨਾ ਹਾਂਜੀ ਹੈ ਤਾਂ ਮੇਰਾ ਆਪਣਾ ਖੂਨ ਹੈ ਨਾ ਦਿਲ ਦੀਆਂ ਤਾਰਾਂ ਤਾਂ ਜੁੜੀਆਂ ਹੀ ਹੁੰਦੀਆਂ ਨੇ ਹੁਣ ਮੇਰਾ ਵੀ ਤਾਂ ਦਿਲ ਕਰਦਾ ਤੁਸੀਂ ਤਾਂ ਫਿਰ ਚਾਰ ਜਾਣੇ ਹੁੰਦੇ ਹੋ ਆਪਸ 'ਚ ਗੱਲ ਕਰ ਲੈਂਦੇ ਹੋ ਮੈਂ ਕਿਹਦੇ ਨਾਲ ਗੱਲ ਕਰਾਂ ਯਾਰ ਹੈ ਤਾਂ ਮੇਰਾ ਭਰਾ ਨਾ ਉਹ ਪਰ ਵੀਰੇ ਹੁਣ ਤਾਂ ਨਾ ਆਸ ਪਾਸ ਵੀ ਗੱਲਾਂ ਹੋਣ ਲੱਗ ਗਈਆਂ ਮਾਰਕੀਟ ਦੇ ਵਿੱਚ ਬਸ ਮੈਂ ਇਹਨਾਂ ਗੱਲਾਂ ਤੋਂ ਡਰਦਾ ਸੀਗਾ ਨਹੀਂ ਤਾਂ ਦੇਖ ਜਦੋਂ ਕੋਈ ਗੱਲ ਹੋਈ ਸੀਗੀ ਜੇ ਆਪਾਂ ਲੜ ਪੈਂਦੇ ਹੈ ਨਾ ਜਾਂ ਉੱਚੀ ਬੋਲਦੇ ਤਾਂ ਸਮਾਜ 'ਚ ਗੱਲਾਂ ਹੁੰਦੀਆਂ ਨੇ ਵੀਰੇ ਸਾਰਾ ਕੁਛ ਨਾ ਤੁਸੀਂ ਆਪ ਹੀ ਸੈੱਟ ਕਰ ਸਕਦੇ ਹੋ ਤੁਸੀਂ ਦੁਕਾਨ 'ਤੇ ਆਓ ਤੁਸੀਂ ਗੱਲ ਕਰੋ ਵੱਡੇ ਹੋਣ ਦਾ ਫਰਜ਼ ਨਿਭਾਓ ਤੁਸੀਂ ਤੁਸੀਂ ਸਾਰਾ ਖਤਮ ਕਰੋ ਇਹ ਮੈਂ ਵੀ ਅੱਜ ਇਹੀ ਸੋਚਦਾ ਸੀ ਮੈਨੂੰ ਤਾਂ ਯਾਰ ਯਾਦ ਵੀ ਆ ਰਹੀ ਸੀ ਕਿੱਦਾਂ ਆਪਾਂ ਇਕੱਠੇ ਚਾਹ ਪੀਂਦੇ ਹੁੰਦੇ ਸੀਗੇ ਲਾਡੀ ਸੰਮੀ ਸਿਮਰਨ ਬਾਵਾ ਮੈਂ ਵੀ ਪੀ ਲੈਣਾ ਬਾਈ ਮੈਂ ਤਾਂ ਲੱਗਿਆ ਚਾਹ ਪੀਣ ਜੇ ਕਿਸੇ ਨੇ ਪੀਣੀ ਆ ਤਾਂ ਆ ਜਾਓ ਚਾਹ ਕਿਵੇਂ ਭੱਜੇ ਜਾਂਦੇ ਆ
ਕੀ ਗੱਲ ਜ਼ਿਆਦਾ ਉਡੀਕਦੇ ਸੀ ਜਾ ਹੋਰ ਕੀ ਵੀਰੇ ਸਾਰੀ ਦਿਹਾੜੀ ਉਡੀਕਦੇ ਰਹਿੰਦੇ ਆ ਕਿ ਸ਼ਾਮ ਨੂੰ ਫਟਾਫਟ ਚਾਹ ਮਿਲੂਗੀ ਫਿਰ ਖੜ ਕੇ ਗੱਲਾਂ ਕਰਾਂਗੇ ਮੈਂ ਉਡੀਕਦਾ ਸੀ ਮੈਂ ਕਿਹਾ ਭਾਜੀ ਨੇ ਹੱਕ ਮਾਰੀ ਨਹੀਂ ਹੈਗੀ ਬੁਲਾ ਲੈ ਵੀਰੇ ਨੇ ਆਹੋ ਗੱਲਾਂ ਨੂੰ ਤਾਂ ਤੇਜ਼ ਹੋ ਕੰਮ ਵੀ ਕਰ ਲਿਆ ਕਰੋ ਭਾਜੀ ਮੈਂ ਕੀਤਾ ਕੰਮ ਦੇਖ ਕਿੰਨਾ ਮੈਂ ਵੀ ਉਧਰਲਾ ਸਾਰਾ ਖਾਣਾ ਸਾਫ਼ ਕਰਤਾ ਮੈਂ ਬਸ ਠੀਕ ਆ ਚਾਹ ਪੀ ਲੈ ਗੱਲਾਂ ਮਾਰੀ ਜਾਂਦੇ ਆ ਇਹ ਚੀਜ਼ਾਂ ਨੇ ਹੁਣ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਹਾਡੇ ਨਾਲ ਰਹਿਣਾ ਈਵਨ ਆਪਾਂ ਘਰੇ ਮੰਮੀ ਹੁਣਾਂ ਨਾਲ ਘੱਟ ਰਹਿੰਦੇ ਹਾਂ ਤੁਹਾਡੇ ਨਾਲ ਜ਼ਿਆਦਾ ਰਹਿੰਦੇ ਹਾਂ ਹੈ ਨਾ ਤੁਸੀਂ ਹੋ ਸਾਡਾ ਪਰਿਵਾਰ ਹੋ ਨਿੱਕੀਆਂ ਨਿੱਕੀਆਂ ਗੱਲਾਂ ਹੋ ਜਾਂਦੀਆਂ ਸਮਾਜ ਵਾਸਤੇ ਤਾਂ ਤਮਾਸ਼ਾ ਹੀ ਬਣਦਾ ਤਾਂ ਹੀ ਤਾਂ ਫਿਰ ਮੈਂ ਹੁਣ ਤੁਹਾਡੇ ਕੋਲ ਆਇਆ ਫੋਨ ਕਰਕੇ ਵੀ ਹੁਣ ਤਾਂ ਲੋਕਾਂ ਨੇ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਨੇ ਹੁਣ ਆਪਾਂ ਕਿਹਦੇ ਕਿਹਦੇ ਮੂੰਹ ਬੰਦ ਕਰਾਵਾਂਗੇ ਮੈਂ ਚਾਹੁੰਦਾ ਵਾ ਨਾ ਹੁਣ ਮਤਲਬ ਘਰ ਦੀ ਗੱਲ ਨਾ ਆਪੇ ਬੈਠ ਕੇ ਸੋਲਵ ਹੋ ਜਾਵੇ ਆਪਣੇ ਚੱਲ ਕੋਈ ਨਾ ਮੈਂ ਕਰਦਾ ਇੱਕ ਮਿੰਟ ਮੈਂ ਮੰਮੀ ਨੂੰ ਚਾਹ ਕਹੀ ਸੀ ਮੰਮੀ ਬਣ ਗਈ ਚਾਹ ਚਲੋ ਮੈਂ ਆ ਗਿਆ ਤੂੰ ਬੈਠ ਮੈਂ ਚਾਹ ਲਿਆਉਣਾ ਤੁਸੀਂ ਬਿਨਾਂ ਪੁੱਛੀ ਚਾਹ ਬਣਵਾ ਲਈ ਉਹ ਮੈਨੂੰ ਪਤਾ ਸੀ ਤੂੰ ਚਾਹ ਪੀ ਕੇ ਜਾਏਗਾ ਕੋਈ ਨਾ ਮੈਂ ਸੋਚਦਾ ਇਸ ਚੀਜ਼ ਬਾਰੇ ਜਲਦੀ ਸੋਚਿਆ ਵੀਰੇ ਅਸੀਂ ਰੋਜ਼ ਸਾਰੇ ਜਣੇ ਤੁਹਾਡੀ ਵੇਟ ਕਰਦੇ ਹਾਂ ਕੋਈ ਨਾ ਯਾਰ ਮੈਨੂੰ ਵੀ ਤਾਂ ਯਾਦ ਆਉਂਦੀ ਹੈ ਮੈਂ ਵੀ ਤਾਂ ਇਨਸਾਨ ਹਾਂ ਮੇਰੇ 'ਚ ਵੀ ਉਹੀ ਦਿਲ ਆ ਜਿਹੜਾ ਤੁਹਾਡੇ 'ਚ ਪਰ ਕਈ ਵਾਰੀ ਹਾਲਾਤ ਨਾ ਬਹੁਤ ਇਹੋ ਜਿਹੇ ਹੋ ਜਾਂਦੇ ਆ ਕਿ ਜਲਦੀ ਕੋਈ ਫੈਸਲਾ ਲਿਆ ਨਹੀਂ ਜਾਂਦਾ ਤੁਹਾਨੂੰ ਦੱਸਿਆ ਤਾਂ ਹੈ ਅੱਜ ਸਿਮਰਨ ਦਾ ਵੀ ਫੋਨ ਆਇਆ ਸੀ ਕਹਿੰਦੀ ਵੀਰੇ ਕੋਈ ਗੱਲ ਕਰਨੀ ਹੈ